ਤੇ ਉਧਰ ਲੁਧਿਆਣਾ ਵਾਂਗ ਪਠਾਨਕੋਟ ਪੁਲਿਸ ਨੇ ਵੀ ਤਿੰਨ ਵੱਖ ਵੱਖ ਗੱਡੀਆਂ ਵਿੱਚੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਸੰਬੰਧ ਵਿੱਚ ਪੁਲਿਸ ਨੂੰ ਸੂਚਨਾ ਵੀ ਮਿਲੀ ਸੀ ਕਿ ਜਿਸ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹ ਰਕਮ ਬਰਾਮਦ ਕੀਤੀ ਹੈ। ਬਿਰਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਰਕਮ ਕਿੱਥੋਂ ਆਈ ਸੀ ਤੇ ਕਿਸ ਲਈ ਵਰਤੀ ਜਾਣੀ ਸੀ। ਉਹਨਾਂ ਨੇ ਸਾਰਾ ਵੈਰੀਫਾਈ ਕਰਕੇ ਉਹ ਸਹੀ ਪਾਇਆ ਉਹ ਕਰਤਾ। ਉਸ ਤੋਂ ਇਲਾਵਾ ਦੋ ਗੱਡੀਆਂ ਹੋਰ ਨੇ ਕੈਸ ਵੀ ਆਈ ਹੈ, ਇੱਕ ਐਕਸੈਸ ਬੈਂਕ ਦੀ ਆ, ਉਹਦੀ ਅਜੇ ਪੜਤਾਲ ਚੱਲ ਰਹੀ ਹੈ। ਜੋ ਵੀ ਪੜਤਾਲ ਉਹਦੇ 'ਚ ਹੋਏਗਾ ਉਹਦੇ ਪੜਤਾਲ ਕਰ ਰਹੇ ਹਾਂ। ਸਰ ਉਹਨਾਂ 'ਚ ਕਿੰਨੇ ਪੈਸੇ ਹੈਗੇ ਨੇ? ਜਪ 'ਚ 5 ਕਰੋੜ ਸੀਗਾ ਜਿਹੜੀ ਜੰਮੂ ਤੋਂ ਆਈ ਸੀ, ਇਹ ਐਕਸੈਸ ਬੈਂਕ ਦਾ 7.5 ਲੱਖ ਹੈ ਜਿਹੜੀ ਐਸ ਬੀ ਆਈ ਦੇ ਅੰਦਰ ਰੱਖ ਲਈ।